ਉੱਥੇ ਸਰੋਪੇ ਹਰ ਬੰਦੇ ਨੂੰ ਦੇਣ ਦੀ ਜ਼ਿੰਮੇਵਾਰੀ ਬਣਦੀ ਹੈ ਕੋਈ ਆਵੇ ਅਤੇ ਲੇਕਿਨ ਉੱਥੇ ਸਾਰਿਆਂ ਨੂੰ ਕਹਿਤਾ ਵੀ ਇਹਨਾਂ ਨੂੰ ਕੋਈ ਕੋਆਪਰੇਟ ਨਹੀਂ ਕਰਨਾ ਕੋਈ ਸਰੋਪਾ ਨਹੀਂ ਦੇਣਾ ਕੋਈ ਮੁਲਾਜ਼ਮ ਨਹੀਂ ਆਇਆ ਕਿੰਨੀ ਛੋਟੀ ਗੱਲ ਹੈ ਇੱਦੋਂ ਛੋਟੀ ਮੈਂ ਕਹਿੰਦਾ ਹੋ ਨਹੀਂ ਸਕਦੀ ਇਸ ਇਹ ਧਰਮ ਤਖਤ ਸਾਰਿਆਂ ਦਾ ਸਾਂਝਾ ਹੈ ਇਹ ਕਿਸੇ SGPC ਦੇ ਇਕੱਲੇ ਦਾ ਨਹੀਂ ਹੈ ਜਸਦਾਰ ਸਾਹਿਬ ਪੁਰਾਣੇ ਜਸਦਾਰ ਉਹ ਜਸਦਾਰ ਵੀ ਹਾਜ਼ਰ ਸੀ ਹੁਣ ਵਾਲੇ ਵੀ 1985 'ਚ ਜੋ ਬੰਬ ਕਾਂਡ ਹੋਇਆ ਦਿੱਲੀ ਵੀ ਤੁਸੀਂ ਪਤਾ ਹੈ ਉਹਦੇ 'ਚ ਅਸੀਂ ਉਦੋਂ ਵੀ ਕਹਿੰਦੇ ਸੀ ਵੀ ਉਹਨਾਂ ਦੇ ਗਲਤ ਕੇਸ ਬਣੇ ਨੇ ਉਹ ਬਰੀ ਹੋਏ ਨੇ ਗੜੇ ਵਾਰ ਬਹੁਤ ਹੋਏ ਨੇ ਉਹ ਦੋਨੇ ਸਰਕਾਰਾਂ ਨੂੰ ਸੈਂਟਰ ਦੀ ਸਰਕਾਰ ਨੂੰ ਵੀ ਪੰਜਾਬ ਦੀ ਸਰਕਾਰ ਨੂੰ ਵੀ ਮੈਂ ਸਾਰੇ ਸਾਡੇ ਸਾਥੀਆਂ ਵੱਲੋਂ ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਇਮੀਡੀਏਟਲੀ ਉਹਨਾਂ ਦੀ ਗਰਦਵਾਰੀ ਕਰਾ ਕੇ ਉਹਨਾਂ ਨੂੰ ਇਮੀਡੀਏਟਲੀ ਰਿਲੀਫ ਦੇਣਾ ਚਾਹੀਦਾ ਇੱਕ ਤਾਂ ਮੈਂ ਸੁਖਬੀਰ ਨੂੰ ਇੱਕ ਗੱਲ ਕਹੀ ਸੀ ਉਹਨੇ ਵੀ ਕਿਹਾ ਸੀ ਨਾ ਮੈਂ ਉਹਦੇ ਦਿੱਤੇ ਮੈਂ ਕਿਹਾ ਉਹ ਕੌਣ ਹੁੰਦਾ ਉਹਨੇ ਕਦੇ ਅਕਾਲੀ ਦਲ ਲਈ ਕੋਈ ਕੰਮ ਕੀਤਾ ਇੱਕ 1% ਦਿਖਾ ਦੇ ਅਸੀਂ ਤਾਂ ਜੇਲ੍ਹਾਂ ਦਿਖਾ ਦਿਆਂਗੇ ਨਾ ਅਸੀਂ ਤਾਂ ਟਾਡਾ ਦੇ ਅੰਦਰ ਨੈਸ਼ਨਲ ਸਿਕਿਉਰਿਟੀ ਐਕਟ ਦੇ ਅੰਦਰ ਸਾਰੇ ਥਾਂ 'ਤੇ ਅਸੀਂ ਤਾਂ ਜੇਲ੍ਹਾਂ ਕੱਟੀਆਂ ਨੇ ਮੈਂ ਕਿਹਾ ਉਹ ਕਰਕੇ ਉਹ ਦਿਖਾ ਦੇ ਇੱਕ ਦਿਨ ਉਹ ਪ੍ਰਧਾਨਗੀ ਲਈ ਬੈਠਾ ਉਹਨੇ ਇੱਕ ਦਿਨ ਕੋਈ ਜੇਲ੍ਹ ਕੱਟੀ ਹੋਵੇ ਇੱਕ ਦਿਨ ਕੋਈ ਅਕਾਲੀ ਦਲ ਦਾ ਕੰਮ ਕੀਤਾ ਹੋਵੇ ਹੋਰ ਕਰੋ ਨੰਬਰ 2 ਕੀ ਬਾਦ ਸਾਹਿਬ ਨੂੰ ਅਸੀਂ ਨਹੀਂ ਚੀਫ ਮਿਨਿਸਟਰ ਬਣਾਉਂਦੇ ਰਹੇ ਕੀ ਬਾਦ ਸਾਹਿਬ ਨੇ ਹੁਣ ਸਾਨੂੰ ਛੱਡਿਆ ਸਾਡੇ ਅਸੀਂ ਨਹੀਂ ਬਣਾਉਂਦੇ ਚੀਫ ਮਿਨਿਸਟਰ ਬਾਦ ਸਾਹਿਬ ਨੂੰ ਜਿਹਨੇ ਐਡੀ ਕੁਰਬਾਨੀ ਕੀਤੀ ਹੋਵੇ ਉਹਦੇ ਲਈ ਇੱਕ ਸਾਲ ਅਸੀਂ ਤਸਵੀਰ ਲਾਉਣ ਲਈ ਮਿਊਜ਼ੀਅਮ ਦੇ ਵਿੱਚ ਉੱਥੇ SGPC ਦੀ ਫਿਰਦੇ ਰਹੀਏ ਆਪ ਅਸੀਂ ਉੱਥੇ ਦਫ਼ਤਰਾਂ 'ਚ ਧੱਕੇ ਖਾਂਦੇ ਤੁਰੇ ਫਿਰੇ ਫਾਈਲਾਂ ਲੈ ਕੇ ਅਤੇ ਉਹਦੀ ਸਾਲ ਭਰ ਫਿਰ ਵੀ ਨਾ ਤਸਵੀਰ ਲੱਗੇ ਕਹਿੰਦੇ ਉੱਪਰੋਂ ਹੁਕਮ ਨਹੀਂ ਆਇਆ ਉਹ ਉੱਪਰਲਾ ਹੁਕਮ ਕਿਹੜਾ ਸੀ ਜੇ ਐਡੀਆਂ ਐਡੀਆਂ ਕੁਰਬਾਨੀਆਂ ਵਾਲਿਆਂ ਦੇ ਵੀ ਮਿਊਜ਼ੀਅਮ ਦੇ ਵਿੱਚ ਇੱਕ ਤਸਵੀਰ ਨਹੀਂ ਲਾ ਸਕਦੀ ਪਾਰਟੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਫਿਰ ਉਹ ਅਸੀਂ ਬੱਚਿਆਂ ਨੂੰ ਅੱਗੋਂ ਕੀ ਦੱਸਾਂਗੇ ਤੁਸੀਂ ਕਦੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਦੇ ਇੱਕ ਜਿੱਤਿਆ ਹੋਇਆ MLA ਉਹਦੀ ਬਦਲੀ ਹੋਈ ਆ ਕਦੇ ਦੱਸੋ ਮੈਨੂੰ ਤੁਸੀਂ ਐਡੇ ਪ੍ਰੈਸ ਵਾਲੇ ਸਾਰੇ ਖੜ੍ਹੇ ਆ ਕਦੇ ਬਦਲੀ ਹੁੰਦੀ ਹੈ ਦਰਸ਼ਨ ਸਿੰਘ ਕੋਟਫਤਾ ਨੂੰ ਬਤੌਰ MLA ਭੁੱਚੋ ਭੇਜਿਆ ਠੀਕ ਹੈ ਫਿਰ ਉਹਨੂੰ ਭੁੱਚੋ ਵੀ ਨਹੀਂ ਰਹਿਣ ਦਿੱਤਾ ਉਹਨੂੰ ਮਲੋਟ ਭੇਜਤਾ ਮਲੋਟ ਵੀ ਨਹੀਂ ਰਹਿਣ ਦਿੱਤਾ ਫਿਰ ਉਹਨੂੰ ਫਰੀਦਕੋਟ ਭੇਜਤਾ ਇਹ ਜਲੀਲਪੁਣਾ ਨਹੀਂ ਤਾਂ ਹੋਰ ਕੀ ਹੈ ਕਿ ਸਾਰਿਆਂ ਨੂੰ ਉਹਦੇ 'ਚ ਆਉਣਾ ਚਾਹੀਦਾ ਸੀ ਅਤੇ ਹੁਣ ਵੀ ਬਜਾਏ ਇਸਦੇ ਕਿ ਉੱਥੇ ਝਗੜੇ ਹੋਣ ਬੈਠ ਕੇ ਦੋਨੇ ਧਿਰਾਂ ਨੂੰ ਬੈਠ ਕੇ ਕੋਈ ਨਾ ਕੋਈ ਹੱਲ ਲੱਭਣਾ ਚਾਹੀਦਾ ਹੈ ਅੱਜ ਵੀ ਬ੍ਰਹਮਪੁਰਾ ਜੀ ਨਾਲ ਵੀ ਕਈ ਵਾਰੀ ਕਿਸੇ ਬਿਆਨ 'ਤੇ ਲੈ ਕੇ ਮਤਭੇਦ ਤੁਹਾਡੇ ਆ ਜਾਂਦੇ ਨੇ ਵੀ ਉਹ ਹੁਣ ਕੀ ਹੈ ਜਿਵੇਂ ਸਿੱਧੂ ਦੇ ਮਾਮਲੇ 'ਤੇ ਵੀ ਆਏ ਇੱਕ ਦੋ ਵਾਰੀ ਨਹੀਂ ਦੇਖੋ ਸਾਡੀਆਂ ਆਈਡੈਂਟੀਆਂ ਵੱਖਰੀਆਂ ਵੱਖਰੀਆਂ ਨੇ ਅਸੀਂ ਜਿਹੜਾ ਸਾਂਝਾ ਪ੍ਰੋਗਰਾਮ ਦੇਵਾਂਗੇ ਉਹ ਤਾਂ ਸਾਡਾ ਏਕਤਾ ਹੈ ਅਦਰਵਾਈਜ਼ ਉਹ ਇੰਡੀਪੈਂਡੈਂਟ ਨਹੀਂ ਕੋਈ ਵੀ ਆਪਣੀ ਗੱਲ ਕਰ ਸਕਦੇ ਕੱਠੇ ਸਾਹਿਬ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਪਾਰਟੀ ਹਰੇਕ ਜ਼ਿਲ੍ਹੇ 'ਚ ਰੈਲੀਆਂ ਕਰ ਰਹੀ ਹੈ ਤੁਹਾਡੇ ਸੰਗ ਤੁਸੀਂ ਕੀਤੀ ਉਹ ਸੰਗਰੂਰ 'ਚ ਕੀਤੀ ਬਠਿੰਡੇ ਕੀਤੀ ਅਤੇ ਹੁਣ ਸਾਰੇ ਪੰਜਾਬ 'ਚ ਕਰ ਰਹੇ ਉਹ ਵੀ ਹੁਣ ਕਾਫੀ ਜਿਵੇਂ ਤੁਸੀਂ ਐਕਟਿਵ ਹੋ ਗਏ ਹੁਣ ਉਹ ਵੀ ਪੂਰੇ ਐਕਟਿਵ ਹੋ ਰਹੇ ਵੀ ਕਹਿੰਦੇ ਤੁਹਾਨੂੰ ਨੀਚਾ ਦਿਖਾਉਣ ਵਾਸਤੇ ਉਹਨਾਂ ਨੂੰ ਸਾਰੀਆਂ ਕੈਂਸਲ ਕਰਤੀਆਂ ਨਹੀਂ ਉਹ ਤਾਂ ਕਰੋਨਾ ਵਾਇਰਸ ਨਹੀਂ ਉਹ ਸਾਰੀਆਂ ਬੱਸਾਂ ਸੌ ਕੀਤੀ ਹੋਈ ਆ ਉਹਨਾਂ ਨੇ ਉਹ ਹਰ ਥਾਂ 'ਤੇ ਉਹ ਲੈ ਜਾਂਦੇ ਨੇ ਅਸੀਂ ਤਾਂ ਲਿਜਾਣੀਆਂ ਨਹੀਂ ਸਾਡੇ ਕੋਲ ਤਾਂ ਪੈਸਾ ਨਹੀਂ ਅਸੀਂ ਕਿਹਾ ਨਾ ਵੀ ਪੈਸੇ ਵਾਲੇ ਨਾਲ ਲੜਾਈ ਅਸੀਂ ਲੋਕਾਂ ਨੇ ਲੜਨੀ ਹੈ ਇੱਕ ਪਾਸੇ ਪੈਸੇ ਵਾਲੇ ਨੇ ਇੱਕ ਪਾਸੇ ਸਧਾਰਨ ਲੋਕ ਨੇ ਸਾਡੀ ਲੜਾਈ ਉਹਨਾਂ ਨਾਲ ਇਸ ਤਰ੍ਹਾਂ ਦੀ ਢੀਂਸਾ ਸਾਹਿਬ ਇੱਕ ਹਾਸੀ ਵਾਲਾ ਵੀ ਅਤੇ ਛੋਟਾ ਜਿਹਾ ਸਵਾਲ ਹੈਗਾ ਹੈ ਕਿ ਜਦੋਂ ਵੀ ਅਕਾਲੀ ਦਲ ਤੋਂ ਕੋਈ ਵੱਖ ਹੁੰਦਾ ਜਾਂ ਆਵਾਜ਼ ਉਠਾਉਂਦਾ ਹੈ ਤਾਂ ਇੱਕ ਵੱਡੇ ਬਲ ਸਾਹਿਬ ਕੋਲ ਇੱਕ ਜੁਮਲਾ ਹੈਗਾ ਕਿ ਇਹ ਜੀ ਕਾਂਗਰਸ ਦੇ ਚੱਕੇ ਹੋਏ ਤੁਹਾਨੂੰ ਕਿੰਨਾ ਕੁ ਚੱਕਿਆ ਹੋਇਆ ਮੈਨੂੰ ਇੱਕ ਦੱਸਦਾ ਮੈਨੂੰ ਚੱਕਿਆ ਸੀ ਦੱਸਦਾ ਸੀ ਤੁਹਾਡੀ ਗੱਲ ਠੀਕ ਹੈ ਸਾਡਾ ਤੁਸੀਂ ਪੰਜਾਬੀ ਇੰਗਲਿਸ਼ ਟ੍ਰਿਬਿਊਨ ਦਾ ਸਾਡੇ ਸੰਗਰੂਰ ਆ ਮੁੰਡਾ ਉਹਨੂੰ ਪੁੱਛਿਓ ਉਹਨੂੰ ਸਾਡੇ ਉੱਥੋਂ ਵਾਲੇ ਕਹਿੰਦੇ ਕਹਿੰਦੇ ਜਦੋਂ ਤਾਂ ਕਾਂਗਰਸ ਦੀ ਰੈਲੀ ਸੀ ਉਹਨਾਂ ਦੀ ਉਹ ਕਹਿੰਦੇ ਸਾਨੂੰ ਤਾਂ ਯਾਰ ਇੱਕ ਵੀ ਕਾਂਗਰਸੀ ਨਜ਼ਰ ਨਹੀਂ ਆਇਆ ਕਹਿੰਦਾ ਤੁਹਾਨੂੰ ਨਹੀਂ ਨਜ਼ਰ ਆਏ ਸਾਨੂੰ ਤਾਂ ਆਏ ਕਹਿੰਦਾ ਸਾਨੂੰ ਤਾਂ ਨਜ਼ਰ ਆਏ ਮੇਰਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਉਹਨੇ ਕਿਹਾ ਵੀ ਇੱਕ ਵੀ ਸਾਨੂੰ ਕਾਂਗਰਸੀ ਉੱਥੇ ਸਾਰੀ ਰੈਲੀ 'ਚ ਜਿਹੜਾ 35-40 ਹਜ਼ਾਰ ਬੰਦਾ ਸੀ ਉਹਦੇ 'ਚ ਇੱਕ ਵੀ ਬੰਦਾ ਨਹੀਂ ਨਜ਼ਰ ਆਇਆ ਜਿਹੜਾ ਅਸੀਂ ਕਈ ਵਾਰ ਕਾਂਗਰਸੀ ਬੈਠੇ ਵੀ ਹੈ ਨਹੀਂ ਜੀ ਕੋਈ ਕਾਂਗਰਸੀ ਭੋਲੇ ਦੀ ਪਹੁੰਚ ਨਾਲ ਆਏ ਆ ਥੈਂਕ ਯੂ ਉੱਥੇ ਸਾਡੇ ਇਹ ਸਿੰਘ ਸਾਹਿਬ ਗਏ ਸਾਰੇ SGPC ਦੇ ਮੁਲਾਜ਼ਮਾਂ ਨੂੰ ਮੱਥਾ ਟੇਕਣ ਗਏ ਸੀ ਕਿਉਂਕਿ ਸਭ ਤੋਂ ਪਹਿਲਾਂ ਸਾਡੀ ਧਰਮ ਦੇ ਤੌਰ 'ਤੇ ਜ਼ਿੰਮੇਵਾਰੀ ਸੀ ਕਿ ਮੈਂ ਪਹਿਲਾਂ ਮੱਥਾ ਟੇਕਾਂ ਤਖ਼ਤ 'ਤੇ ਜਾ ਕੇ
उस तख्त साहब तो सारे मुलाजमान को भी उन्होंने कोऑपरेट नहीं करना। ये सरोपे भी अपने को लेके गए, उत्थे सरोपे हर बंदे नूं देण दी जिम्मेवारी बनती है कोई आवे तो, लेकिन उत्थे सारे नूं कहता भी इन्हां कोई कोऑपरेट नहीं करना, कोई सरोपा नहीं देना, कोई मुलाजम नहीं आया। किन्नी छोटी गल है, इदों छोटी मैं कहना हो नहीं सकती। इस धर्म तख्त सारे का सांझा है, ये कुछ किसी एस जी पी सी कल नहीं है। जथेदार साहब पुराने जथेदार, वो जथेदार भी हाजिर से होने वाले भी। तो नंबर दो, एक मैं दो गल हो जरूरी करनी है। एक तो 1985 जो बंब कांड हुआ दिल्ली भी तुम्हें पता है, वो असं उदों भी कहते हैं भी उन्होंने गलत केस बने ने, वो बरी हुए ने, और 35 साल तो 35 साल हो गए, 35 साल तो बाद उन्होंने इंसाफ मिले, उन्होंने भी वधाई देना चाहना। असी जज साहब का भी धन्यवाद करते हैं, इंसाफ दिता। नंबर दो, गड़ेवार बहुत हुए हैं, वो दोनों सरकारों, सेंटर की सरकार भी, पंजाब की सरकार भी। मैं सारे साढ़े साथियों वालों बेनती करना चाहना कि उन्होंने इमीजिएटली उन्होंने गिरदौरी करा के उन्होंने इमीजिएटली रिलीफ देना चाहिए, ताकि आने वाले समय में अगली फसल लिए कुछ ना कुछ वो कर सकन। किसान पहले ही बुरी तरह फसया हुआ, तो इस करके वो लिए भी करना हुआ। एक इन्होंने सवाल किया कि तुम इन्ने वे लए तो उदों नहीं छड़िया। एक तो मैं सुबीर ने एक गल कही सी, उन्हें भी कहा सी ना मैं वो दिते। मैं क्या वो कौन होंगे, उन्हें कदे अकाली दल लिए कोई काम किया? एक 1% दिखा दे, असी तो जेल दिखा देंगे ना। असी तो टाडा दे अंदर, नैशनल सिक्योरिटी एक्ट के अंदर सारे थान से असी तो जेल कट्टिया ने। मैं क्या वो कर वो दिखा दे एक दिन, वो प्रधानगी लिए बैठा, उन्हें एक दिन कोई जेल कट्टी हो, एक दिन कोई अकाली दल का काम किया हो होर करो। नंबर दो, की बाल साहब नू असी नहीं चीफ मिनिस्टर बनाते रहे? की बाल साहब ने हुण सानू छड्डिया है, असी नहीं बनाते रहे चीफ मिनिस्टर बाल साहब नू? इस करके ये गल्लां करनियां सौखियां, कहनियां सौखियां, करनियां बड़ियां औखियां। इस करके असी कोई वह नहीं लिया, असी अपनियां कुर्बानियां दा हक भी लिया। नंबर दो, असी सिद्धांत दी लड़ाई लड़ाई, असी ये भी नहीं है कि असी कोई, मैं नहीं कहता मैनू आदा अहुदा नहीं मिलिया, मैनू बहुत मान सत्कार मिले, मैं ये कोई मुनकर नहीं हूँ। जे मैं कोई कहे मैनू मान सत्कार नहीं पार्टी ने दिता, पूरा दिता, पर जे एक सिद्धांत तो उखड़ जाए पार्टी वो ना लड़िए, फिर साडा ड्यूटी की बनती है जी? फिर तो यही ड्यूटी बनती है, असी उस सिद्धांत नहीं लड़िए। असी सच्चाई ते खड़े हाँ, सच्चाई का साथ है। लोग इवें जिमें जिमें अज काफिला, जिमें बीबी ने कहा काफिला जुड़ता, हर रोज़ साडा काफिला बनता हुंदा जा रहा, तुसीं देखोगे 2-4 महीनों ये काफिला उन्होंने काफिले नो कई गुणा बड़ा हो जाएगा। अज तुहानू शायद पता ही है भी ਕੋਡਾ ਸਿੰਘ ਗਿਲਪਿੱਤੀ ਦੇ ਘਰ ਅੱਜ ਸਾਰੇ ਇਹਨਾਂ ਦੀ ਜਥੇਬੰਦੀ ਜਿਹੜੇ ਸਾਡੇ ਨਾਲ ਰਲ ਰਹੇ ਨੇ। ਬੀਬੀ ਹੋਰਾਂ ਨੇ ਪ੍ਰੋਗਰਾਮ ਬਣਾਇਆ, ਇਹਨਾਂ ਦੀ ਸਾਡੇ ਨਾਲ ਪਹਿਲਾਂ ਮੀਟਿੰਗਾਂ ਹੋਈਆਂ ਸੀ, ਪਰਮਿੰਦਰ ਦੀ ਵੀ ਇਹਨਾਂ ਨਾਲ ਮੀਟਿੰਗ ਹੋਈ ਸੀ। ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਆ ਬੀਬੀਆਂ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਆ ਅਤੇ ਹੋਰ ਇਹਨਾਂ ਦੇ ਨਾਂ ਦੱਸੇ ਸੀ ਤੁਹਾਡੇ ਪਹਿਲਾਂ। ਬਹੁਤ ਵੱਡੀ ਟੀਮ ਇਹਨਾਂ ਦੀ ਯੂਥ ਦੀ ਆਈ ਹੈ, ਅਤੇ ਉਹਨਾਂ ਦਾ ਸਾਡਾ ਕਾਫਲਾ ਬਹੁਤ ਵੱਡਾ ਹੁੰਦਾ ਜਾ ਰਿਹਾ। ਮੈਂ ਇਹਨਾਂ ਦਾ ਧੰਨਵਾਦ ਕਰਨਾ ਆ, ਔਰ ਇਹਨਾਂ ਨੇ ਮੇਰੇ ਸਪੋਰਟ ਕਰਨ ਦਾ ਜੋ ਫੈਸਲਾ ਕੀਤਾ ਉਹਦਾ ਧੰਨਵਾਦ ਵੀ ਕਰਨਾ ਹੈ। ਜਿਹਨੇ ਐਡੀ ਕੁਰਬਾਨੀ ਕੀਤੀ ਹੋਵੇ ਉਹਦੇ ਲਈ, 1 ਸਾਲ ਅਸੀਂ ਤਸਵੀਰ ਲਾਉਣ ਲਈ ਮਿਊਜ਼ੀਅਮ ਦੇ ਵਿੱਚ ਉੱਥੇ ਐਚ ਜੀ ਪੀ ਸੀ ਦੇ ਫਿਰਦੇ ਰਹੀਏ, ਆਪ ਅਸੀਂ ਉੱਥੇ ਦਫ਼ਤਰਾਂ 'ਚ ਧੱਕੇ ਖਾਂਦੇ ਤੁਰੇ ਫਿਰੀਏ ਫਾਈਲਾਂ ਲੈ ਕੇ, ਅਤੇ ਉਹਦੀ ਸਾਲ ਭਰ ਫਿਰ ਵੀ ਨਾ ਤਸਵੀਰ ਲੱਗੇ, ਕਹਿੰਦੇ ਉੱਪਰੋਂ ਹੁਕਮ ਨਹੀਂ ਆਇਆ, ਉਹ ਉੱਪਰਲਾ ਹੁਕਮ ਕਿਹੜਾ ਸੀ? ਜੇ ਐਡੀਆਂ ਐਡੀਆਂ ਕੁਰਬਾਨੀਆਂ ਵਾਲਿਆਂ ਦੇ ਵੀ ਮਿਊਜ਼ੀਅਮ ਦੇ ਵਿੱਚ ਇੱਕ ਤਸਵੀਰ ਨਹੀਂ ਲਾ ਸਕਦੀ ਪਾਰਟੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਾਂ ਫਿਰ ਉਹ ਅਸੀਂ ਬੱਚਿਆਂ ਨੂੰ ਅੱਗੋਂ ਕੀ ਦੱਸਾਂਗੇ ਵੀ ਤੁਸੀਂ ਵੀ ਕੁਰਬਾਨੀਆਂ ਕਰੇ? ਸਭ ਤੋਂ ਵੱਡਾ ਜਿਹੜਾ ਦੁੱਖ ਹੈ ਮੈਨੂੰ ਇਸ ਚੀਜ਼ ਦਾ ਲੱਗਿਆ, ਉਹ ਤੋਂ ਬਾਅਦ ਮੈਂ ਆਪਣਾ ਮਾਇੰਡ ਚੇਂਜ ਕੀਤਾ। ਨੰਬਰ ਦੋ, ਦੇਖੋ ਜਿਹੜਾ ਇਹ ਪਾਰਟੀ ਹੈ, ਪੰਥਕ ਪਾਰਟੀ ਹੈ, ਧਾਰਮਿਕ ਪਾਰਟੀ, ਇਹਦੇ ਵਿੱਚ ਜਾਤ ਪਾਤ ਸਾਡੇ ਗੁਰੂਆਂ ਨੇ ਸਿਖਾਇਆ ਵੀ ਕੋਈ ਜਾਤ ਪਾਤ ਨਹੀਂ, ਇਹਦੇ 'ਚ ਕੋਈ ਵਿਤਕਰਾ ਨਹੀਂ। ਪਰ ਜਿੰਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸਾਡੇ ਨਾਲ ਵਿਤਕਰਾ ਹੁੰਦਾ, ਐਸਸੀ ਨਾਲ ਅਤੇ ਸਾਡੇ ਜਿਹੜਾ ਦੂਜਾ ਵਰਗ ਹੈ, ਤੁਸੀਂ ਕਦੇ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ, ਤੁਹਾਨੂੰ ਸਾਰਿਆਂ ਨੂੰ ਪਤਾ, ਕਦੇ ਇੱਕ ਜਿੱਤਿਆ ਹੋਇਆ MLA ਉਹਦੀ ਬਦਲੀ ਹੋਈ ਹੈ ਕਦੇ? ਦੱਸੋ ਮੈਨੂੰ, ਤੁਸੀਂ ਐਡੇ ਪ੍ਰੈਸ ਵਾਲੇ ਸਾਰੇ ਖੜ੍ਹੇ ਹਾਂ, ਕਦੇ ਬਦਲੀ ਹੁੰਦੀ ਹੈ? ਦਰਸ਼ਨ ਸਿੰਘ ਕੋਟਫਤਾ ਨੂੰ ਬਤੌਰ MLA ਭੁੱਚੋ ਭੇਜਿਆ, ਠੀਕ ਹੈ, ਫਿਰ ਉਹਨੂੰ ਭੁੱਚੋ ਵੀ ਨਹੀਂ ਰਹਿਣ ਦਿੱਤਾ, ਉਹਨੂੰ ਮਲੋਟ ਭੇਜਤਾ,
ਮਲੋਟ ਵੀ ਨਹੀਂ ਰਹਿਣ ਤਾਂ ਫਿਰ ਉਹਨੂੰ ਫਰੀਦਕੋਟ ਭੇਜਤਾ। ਇਹ ਜਲੀਲਪੁਣਾ ਨਹੀਂ ਤਾਂ ਹੋਰ ਕੀ ਹੈ? ਦੇਖੋ ਜਿਹਦੇ ਤਾਂ ਕੋਈ ਸੈਲਫ ਰਿਸਪੈਕਟ ਆਪਣੇ ਆਪ ਨੂੰ ਸਮਝਦਾ ਹੋਊਗਾ ਉਹ ਤਾਂ ਨਹੀਂ ਬਹਿੰਦਾ, ਉਹ ਤਾਂ ਫਿਰ ਵਿੱਚੋਂ ਨਿਕਲੂਗਾ ਨਿਕਲੂਗਾ, ਆਪਦਾ ਗੁੱਸਾ ਲੈ ਕੇ ਵੀ ਦਿਖਾਊਗਾ। ਵੀ ਜਿਹਦੀ ਕੋਈ ਆਤਮ ਰਿਸਪੈਕਟ ਨਹੀਂ ਜੋ ਨਹੀਂ ਜੋ ਕਹਿੰਦਾ ਉਹ ਫਿਰ ਬੈਠਾ ਰਹਿੰਦਾ ਹਰ ਥਾਂ 'ਤੇ। ਮੈਂ ਤੁਹਾਨੂੰ ਦੱਸਦੀ ਹਾਂ ਵੀ ਦੇਖੋ ਇੰਨੇ ਜ਼ਿਲ੍ਹੇ ਹੈ, ਕਦੇ ਸਾਡੀ ਮਤਲਬ ਕੋਈ ਜ਼ਿਲ੍ਹਾ ਪ੍ਰਧਾਨ ਬਣਾਇਆ, ਕੋਈ ਸਾਡਾ ਚੇਅਰਮੈਨ ਲਾਇਆ, ਕੋਈ ਸਾਡਾ ਚੰਗਾ ਅਫਸਰ ਕਿਤੇ ਲਾਇਆ? ਇਹ ਤੋਂ ਬਿਨਾਂ ਜੋ ਪਾਰਟੀ ਦੇ ਵਿੱਚ ਦੇਖੋ ਜਿੱਥੇ ਪਾਰਟੀ ਨੌਕਰ ਚਲਾਉਣ, ਜਿਨ੍ਹਾਂ ਨੂੰ ਅਧਿਕਾਰ ਦਿੱਤੇ ਹੋਏ ਹੋਣ, ਪਾਰਟੀ ਨੇ ਅਧਿਕਾਰ ਦਿੱਤੇ ਹੋਣ, MP ਹੋਵੇ, MLA ਹੋਵੇ, ਚੇਅਰਮੈਨ ਹੋਵੇ, ਚੇਅਰਪਰਸਨ ਹੋਵੇ, ਉਹਦਾ ਤਾਂ ਕੋਈ ਫੈਸਲਾ ਨਹੀਂ ਮੰਨਿਆ ਜਾਂਦਾ। ਅਤੇ ਜਿਹੜੇ ਆ ਨੌਕਰ ਮੁਨਸ਼ੀ ਲਾਏ ਹੋਏ ਆ ਉਹ ਕਹਿੰਦੇ ਵੀ ਸਾਡਾ ਕਹਿਣਾ ਮੰਨੋ, ਸਾਡੇ ਪੈਰੀਂ ਹੱਥ ਲਾਓ, ਸਾਨੂੰ ਸਲਾਮ, ਅਸੀਂ ਕਰ ਨਹੀਂ ਸਕਦੇ ਕਿਉਂਕਿ ਸਾਡੇ ਪਰਿਵਾਰ ਦਾ ਵੀ ਇੱਕ ਸਟੇਟਸ ਹੈ, ਸਾਡੇ ਪਿਓ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਅਤੇ ਅਸੀਂ ਕਿਉਂ ਇਹਨਾਂ ਦੇ ਨੌਕਰਾਂ, ਜਿੱਥੇ ਪਾਰਟੀ ਦੇ ਫੈਸਲੇ ਨੌਕਰ ਕਰਦੇ ਹੋਣ, ਤੁਸੀਂ ਆਪ ਸੋਚੋ ਵੀ ਉਹ ਪਾਰਟੀ ਕਿਤੇ ਕਾਮਯਾਬ ਹੋ ਸਕਦੀ ਹੈ? ਇਹ ਵੱਡੇ ਕਿਹੜੇ ਨੌਕਰ ਮੁਨਸ਼ੀ ਆ ਜਿਹੜੇ ਉਹਨਾਂ ਨੇ PA ਲਾਏ ਹੋਏ ਆ। ਹੁਣ ਮੈਂ ਤੁਹਾਨੂੰ ਸਰਬਜੀਤ ਦੀ ਗੱਲ ਦੱਸਦੀ ਹਾਂ, ਡੂਮ ਵਾਲੇ ਨੇ ਉਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹਨੇ ਅਸਤੀਫਾ ਦੇ ਦਿੱਤਾ, ਠੀਕ ਹੈ? ਕੱਲ੍ਹ ਜਿੰਨੇ ਉਹਨਾਂ ਦੇ PA ਸੀ ਸਾਰੇ ਉਹਨਾਂ ਦੇ ਹਲਕੇ 'ਚ ਬਿਠਾ ਦੇ, ਜਿਹੜਾ ਪਤਾ ਸੀ ਵੀ ਉਹ ਉੱਥੇ ਜਾਣਗੇ। ਉਹਨਾਂ ਨੂੰ ਕਹਿਤਾ ਵੀ ਤੁਸੀਂ, ਕਿਸੇ ਨੇ ਉੱਥੇ ਜਾਣਾ ਨਹੀਂ, ਉਹਨਾਂ ਨੂੰ ਰੋਕ ਲਿਆ। ਉਹ ਕਹਿੰਦੇ ਵੀ ਪਹਿਲਾਂ ਤਾਂ ਮੈਂ 150 ਬੰਦਾ ਇਕੱਠਾ ਕਰਨਾ ਸੀ, ਹੁਣ ਮੈਂ 300 ਕਰੂੰਗਾ, ਕਰਕੇ ਦਿਖਾਊਂਗਾ ਮੈਂ। ਸੋ ਬਹੁਤ ਸਾਰੀਆਂ ਗੱਲਾਂ ਹੈ ਜਿਨ੍ਹਾਂ ਕਰਕੇ ਸਾਨੂੰ ਬਾਕੀ ਜਿਹੜੇ ਜਿਵੇਂ ਢੀਂਡਸਾ ਸਾਹਿਬ ਨੇ ਵੀ ਦੱਸਿਆ, ਗਿਲਪਤੀ ਜੀ ਨੇ ਵੀ ਦੱਸਿਆ, ਸਾਹਿਬ ਨੇ ਵੀ ਦੱਸਿਆ ਵੀ 1920 ਦੇ ਵਿੱਚ ਜਿਹੜੀ ਪਾਰਟੀ ਇੱਕ ਸਿਧਾਂਤਾਂ ਦੇ ਤੌਰ 'ਤੇ ਬਣੀ ਸੀ, ਇੱਕ ਸਿਧਾਂਤਿਕ ਪਾਰਟੀ ਸੀ, ਸਿਧਾਂਤ ਸੀ ਕੁਝ ਪਾਰਟੀ ਦੇ। ਪਰ ਹੁਣ ਤਾਂ ਜਦੋਂ ਕੋਈ ਸਿਧਾਂਤ ਹੀ ਨਹੀਂ ਰਿਹਾ, ਕੋਈ ਬਰਾਬਰਤਾ ਹੀ ਨਹੀਂ ਰਹੀ, ਸਾਰੇ ਸਿਧਾਂਤ ਖਤਮ ਕਰਤੇ ਆ, ਅਤੇ ਹੁਣ ਅਸੀਂ ਤਾਂ ਜਿਹੜੀ ਸਾਡੀ ਲੜਾਈ ਆ ਅਸਲੀ ਉਹ ਸਿਧਾਂਤਿਕ ਲੜਾਈ ਆ, ਸਿਧਾਂਤਾਂ ਦੇ ਲਈ ਅਸੀਂ ਲੜਨਾ। ਔਰ ਇਹ ਕਾਫਲਾ ਜਿਹੜਾ ਸੰਗਰੂਰ ਤੋਂ ਅਤੇ ਪੰਜਾਬ ਦੇ ਬਾਕੀ ਸਾਰੇ ਹਲਕਿਆਂ 'ਚੋਂ ਚੱਲਿਆ, ਉਸ ਕਾਫਲੇ ਦੇ ਅਸੀਂ ਅੱਜ ਹਿੱਸਾ ਬਣੇ ਹਾਂ। ਅਸੀਂ ਢੀਂਡਸਾ ਸਾਹਿਬ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੀਆਂ ਬਾਹਾਂ ਬਣ ਕੇ, ਥੰਮ ਬਣ ਕੇ ਅਸੀਂ ਇਸ ਮਕਸਦ ਦੇ ਵਿੱਚ, ਉਹ ਪਾਰਟੀ ਜਿਹੜੀ ਸਿਧਾਂਤਾਂ 'ਤੇ ਬਣੀ ਸੀ 1920 ਦੇ ਵਿੱਚ, ਉਸ ਨੂੰ ਉਸੇ ਪੱਧਰ 'ਤੇ ਲਿਆਉਣ ਵਾਸਤੇ ਅਸੀਂ ਤੁਹਾਡਾ ਹਰ ਕਦਮ 'ਤੇ ਸਾਥ ਦੇਵਾਂਗੇ। ਅੱਜ ਸਾਡਾ ਇਹ ਪਹਿਲਾ ਕਦਮ ਸੀ, ਇੱਕ ਸਿਰਫ ਚਾਹ ਦਾ ਕੱਪ ਹੀ ਨਾ, ਪਰ ਤੁਸੀਂ ਦੇਖਿਆ ਜਿੰਨੀ ਸੰਗਤ ਆ ਗਈ ਹੈ, ਅਸੀਂ ਇੰਨਾ ਸੋਚਿਆ ਨਹੀਂ ਸੀ ਵੀ ਇੰਨੀ ਸੰਗਤ ਸਾਡੇ ਕੋਲ ਆ ਜੂਗੀ, ਪਰ ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਹੈ, ਨਾਰਾਜ਼ਗੀ ਹੈ, ਇਹ ਜਿਹੜਾ ਬਰਗਾੜੀ ਕਾਂਡ ਤੁਹਾਨੂੰ ਸਾਰਿਆਂ ਨੂੰ ਪਤਾ, ਸਾਡਾ ਪੰਥ, ਸਾਡਾ ਗ੍ਰੰਥ, ਸਾਡੀ SGP ਸੀ ਸਾਰੀ ਦੀ ਸਾਰੀ, ਸਾਡੀ ਬਿਲਕੁਲ ਹੀ ਜਿਵੇਂ ਕਹਿ ਸਕਦੇ ਜਿਹਦੀ ਦੁਨੀਆਂ ਦੇ ਵਿੱਚ ਤਾਕ ਸੀ, ਦੁਨੀਆਂ ਤੋਂ ਕੋਈ ਆਉਂਦਾ ਸੀ ਉਹ ਦਰਬਾਰ ਸਾਹਿਬ ਮੱਥਾ ਟੇਕੇ ਤੋਂ ਬਿਨਾਂ ਨਹੀਂ ਸੀ ਜਾਂਦਾ। ਅਤੇ ਅੱਜ ਲੋਕਾਂ ਦੀਆਂ ਗੱਲਾਂ ਸੁਣ ਲਓ ਕਿ ਜਿਹੜੀ ਉਹ ਗੋਲਕ ਜਿਹੜੀ ਸਾਡੀ ਗੁਰੂ ਨੇ ਗਰੀਬਾਂ ਵਾਸਤੇ ਬਣਾਈ ਸੀ ਉਹ ਵਪਾਰ ਵਾਸਤੇ ਲੱਗ ਰਹੀ ਹੈ। ਹੁਣ ਪਾਰਟੀ ਪਾਰਟੀ ਨਹੀਂ ਰਹੀ, ਪਾਰਟੀ ਵਪਾਰਕ ਪਾਰਟੀ ਧੰਦਾ ਬਣ ਗਈ ਹੋਈ ਹੈ, ਵਪਾਰ ਕਰਨ ਲੱਗ ਗਈ ਪਾਰਟੀ। ਜਦੋਂ ਠੇਕੇ ਪਾਰਟੀਆਂ ਦੇਣ ਲੱਗ ਜਾਣ ਤਾਂ ਫਿਰ ਉਹ ਕੁਦਰਤੀ ਤੌਰ 'ਤੇ ਕਹਿਣ ਦੀ ਲੋੜ ਹੀ ਨਹੀਂ। ਉਹ ਹਰਚਰਨ ਸਿੰਘ ਇਹਨਾਂ ਨੇ ਲਾਇਆ ਸੀ ਨਾ, ਉਹਨਾਂ ਨੇ ਦੱਸਿਆ ਹੀ ਹੈ ਨਾ ਵੀ ਕਿਵੇਂ ਕਰੋੜ ਰੁਪਈਆ ਜਿਹੜਾ ਉਹ ਜਾਂਦਾ ਗੁਰੂ ਦੀ ਗੋਲਕ 'ਚੋਂ ਇਹਨਾਂ ਵਾਸਤੇ। ਸੋ ਅਸੀਂ ਸਿਧਾਂਤਾਂ ਵਾਸਤੇ ਲੜਨਾ, ਜਿਹੜੀ 1920 'ਚ ਸਾਡੇ ਸਾਰਿਆਂ ਦੇ ਬਜ਼ੁਰਗਾਂ ਨੇ ਜੇਲ੍ਹਾਂ ਕੱਟ ਕੱਟ ਕੇ, ਤਸੀਹੇ ਝੱਲ ਝੱਲ ਕੇ, ਉਹਨਾਂ ਦੇ ਪਰਿਵਾਰਾਂ ਨੇ ਤਸੀਹੇ ਝੱਲੇ ਸੀ, ਉਸ ਪਾਰਟੀ ਨੂੰ ਅਸੀਂ ਖੜ੍ਹਾ ਕਰਨ ਵਾਸਤੇ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਇਸ ਕਾਫਲੇ ਦੇ ਨਾਲ ਸਾਰੇ ਵੱਡੀ ਤਾਦਾਦ ਦੇ ਵਿੱਚ, ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਬਹੁਤ ਵੱਡੇ ਸਾਡਾ ਸੰਪਰਕ ਹੈ। ਥੋੜ੍ਹੇ ਦੇਰ ਤੱਕ ਅਸੀਂ ਰਾਮਪੁਰਾ ਪੁਲ ਦੇ ਸਾਰੇ ਬਹੁਤ ਸਾਰੇ ਅਹੁਦੇਦਾਰ ਹੈ ਜਿਨ੍ਹਾਂ ਨਾਲ ਸਾਡਾ ਤਾਲਮੇਲ ਬਣਿਆ ਹੋਇਆ, ਉੱਥੇ ਅਸੀਂ ਪਰਮਿੰਦਰ ਜੀ ਆਉਣਗੇ, ਉਹ ਵੀ ਅਸੀਂ ਬਹੁਤ ਵੱਡੀ ਮੀਟਿੰਗ ਕਰਾਂਗੇ। ਉਹ ਤੋਂ ਬਾਅਦ ਫਿਰ ਹੌਲੀ ਹੌਲੀ ਅਸੀਂ, ਕਿਉਂਕਿ ਕਾਫਲਾ ਜੁੜਦਾ 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 ਵੱਡਾ ਬਣਦਾ, ਇੱਕਦਮ ਨਹੀਂ, ਜਦੋਂ ਆਪਾਂ ਪੈਰ ਰੱਖਦੇ ਹਾਂ ਇੱਕ ਹੁੰਦਾ, ਦੋ ਹੁੰਦੇ, 10, 20, 40 ਇੱਦਾਂ ਜੁੜਦੇ ਜਾਂਦੇ ਆ। ਸੋ ਹੌਲੀ ਹੌਲੀ ਅਸੀਂ ਜੁੜ ਕੇ ਬਹੁਤ ਵੱਡਾ ਕਾਫਲਾ ਬਣਾ ਕੇ, ਸਾਡੀ ਇਹ ਕੋਸ਼ਿਸ਼ ਹੈ, ਪਰਮਾਤਮਾ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਇਹਨਾਂ ਨੂੰ ਵੀ ਸ਼ਕਤੀ ਬਖਸ਼ੇ ਅਤੇ ਜਿਹੜੇ ਇਹਨਾਂ ਦੇ ਨਾਲ ਹੈ ਉਹਨਾਂ ਨੂੰ ਵੀ ਸ਼ਕਤੀ ਬਖਸ਼ੇ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।